ਲੁਧਿਆਣੇ ਦੇ ਚਾਂਦ ਸਿਨੇਮਾ ਨਜ਼ਦੀਕ ਉਸ ਸਮੇਂ ਹਾਈ ਵੋਲਟੇਜ ਡਰਾਮਾ ਹੋ ਗਿਆ ਜਦੋਂ ਘਰੇਲੂ ਵਿਵਾਦਾਂ ਤੋਂ ਦੁਖੀ ਹੋ ਕੇ ਇੱਕ ਮਹਿਲਾ ਆਪਣੇ ਨਾਬਾਲਗ ਬੱਚੇ ਨੂੰ ਲੈ ਕੇ ਪਾਣੀ ਵਾਲੀ ਟੈਂਕੀ ਤੇ ਚੜ ਗਈ। ਮਹਿਲਾ ਤੇ ਉਸਦੇ ਬੇਟੇ ਨੂੰ ਟੈਂਕੀ ਤੇ ਦੇਖ ਕੇ ਇਲਾਕੇ ਦੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਫਾਇਰ ਬ੍ਰਿਗੇਡ ਦੇ ਸਹਿਯੋਗ ਦੇ ਨਾਲ ਮਹਿਲਾ ਅਤੇ ਉਸਦੇ ਬੇਟੇ ਨੂੰ ਕਰੀਬ 3 ਘੰਟੇ ਦੀ ਕੜੀ ਮੁਸ਼ਕਤ ਤੋਂ ਬਾਅਦ ਹੇਠਾਂ ਉਤਾਰ ਲਿਆ। ਮੇਰਾ ਨਾਮ ਸੁਰਿੰਦਰ ਟਵਾਲ, ਇਹੀ ਪਤਾ ਲੱਗਾ ਵੀ ਕੁੜੀ ਉੱਤੇ ਚੜ੍ਹੀ ਹੋਈ ਸੀ ਨਾਲ ਆਪਣੇ ਬੱਚੇ ਨੂੰ ਲੈ ਕੇ, ਅਤੇ ਮੈਂ ਪੁਲਿਸ ਨੂੰ ਫੋਨ ਕੀਤਾ ਵੀ ਇੱਦਾਂ ਦਾ ਗੱਲ ਆ ਵੀ ਆ ਪ੍ਰੋਬਲਮ ਹੈ ਗਈ, ਅਤੇ ਪੁਲਿਸ ਮੌਕੇ 'ਤੇ ਆ ਗਈ। ਪਤਾ ਲੱਗਿਆ ਕਾਰਨ ਕੀ ਹੈ? ਕਾਰਨ ਤਾਂ ਪਤਾ ਇਹ ਲੱਗ ਰਿਹਾ ਜੋ ਲੋਕਾਂ ਦੀ ਆਵਾਜ਼ ਸੁਣ ਰਹੇ ਵੀ ਘਰ ਦੀ ਫੈਮਿਲੀ ਤਾਂ ਪੂਰਾ ਰੌਲਾ, ਕੌਂਸਲਰ ਗਰੀਬ ਆਦਮੀ ਉਹ ਇੱਦਾਂ ਦਾ ਕੰਮ ਕਰ ਹੀ ਨਹੀਂ ਸਕਦਾ ਸ਼ੈ ਨੈ ਸ਼ਰੀਫ ਬੰਦਾ, ਪਰ ਜੇ ਹੋਊਗਾ ਵੀ ਤਾਂ ਘਰ 'ਚ ਫੈਮਿਲੀ ਉਹਨੂੰ ਮੁੱਠ ਬਣਾ ਕੇ ਰੱਖ ਸਕਦਾ। ਕਿਹੜੀ ਜਗ੍ਹਾ ਦਾ ਮਾਮਲਾ ਜੀ? ਛੋਣੀ ਮਹੱਲੇ ਦਾ ਹੀ ਹੈ। ਫਿਰ ਉਤਾਰ ਲਿਆ ਛੋਣੀ ਮਹੱਲੇ, ਛੋਣੀ ਮਹੱਲੇ ਦੇ ਰਹਿਣ ਵਾਲੇ? ਹਾਂਜੀ। ਨਹੀਂ, ਪਹਿਲਾਂ ਕੋਈ ਵੀ ਲੋਲਾ ਹੋਇਆ, ਚੇਲਾ ਬਾਅਦ ਹੋਇਆ। ਕਿੰਨਾ ਟਾਈਮ ਹੋ ਗਿਆ ਜੀ? ਮੈਨੂੰ ਹੋ ਗਏ 3-4 ਘੰਟੇ ਹੋ ਗਏ, 3 ਘੰਟੇ ਹੋ ਗਏ ਮੇਰੇ ਖਿਆਲ। ਕਿੰਨੀ ਦੇਰ ਬਾਅਦ ਆਈ ਪੁਲਿਸ? ਉਹਦੇ ਮੈਂ ਫੋਨ ਕੀਤਾ ਉਦੋਂ ਹੀ ਆ ਗਏ। ਹਾਂਜੀ, ਅਸੀਂ ਸਕਸੈਸਫੁਲੀ ਥੱਲੇ ਲੈ ਆਏ ਹਾਂ। ਕਿਹੜੀ ਜਗ੍ਹਾ? 2 ਸੀਗੇ ਉੱਥੇ, ਇੱਕ ਲੇਡੀ ਸੀਗੀ, ਇੱਕ ਉਹਨਾਂ ਦਾ ਬੇਟਾ ਸੀਗਾ, ਮੈਂਟਲੀ ਥੋੜ੍ਹਾ ਇਹਨੂੰ ਇਸ਼ੂ ਸੀਗਾ ਜਿਹੜਾ ਲੜਕਾ, ਤਾਂ ਅਸੀਂ ਸੇਫਲੀ ਉਹਨਾਂ ਨੂੰ ਥੱਲੇ ਰਿਕਵਰ ਕਰ ਲਿਆ ਹੋਇਆ ਆਲਰੇਡੀ। ਸਰ ਹੋਇਆ ਉਹ ਜਿਹੜੀ ਸਾਰੀ ਕਹਾਣੀ ਹੈਗੀ ਅਸੀਂ ਪਹਿਲਾਂ ਤੁਹਾਨੂੰ ਕਨਫਰਮ ਕਰ ਲਈ, ਵੈਰੀਫਾਈ ਕਰ ਲਈ, ਫਿਰ ਤੁਹਾਨੂੰ ਦੱਸਾਂਗੇ। ਜੀ, ਅਸੀਂ ਫਾਇਰ ਬ੍ਰਿਗੇਡ ਵਗੈਰਾ ਨੂੰ ਬੁਲਾ ਲਿਆ ਸੀਗਾ ਅਤੇ ਕੁਛ ਲੋਕਲ ਜਿਹੜੇ ਸੋਸ਼ਲ ਵਰਕਰ ਹੈਗੇ ਆ। ਹਾਂਜੀ, ਇਹ ਮੰਨਾ ਸਿੰਘ ਨਗਰ ਹੈਗੀ, ਇਹ ਟੈਂਕੀ ਪੈਂਦੀ ਹੈ ਮੰਨਾ ਸਿੰਘ ਨਗਰ ਨਾਲ ਐਡਜੋਇਨਿੰਗ, ਜਿਹੜੀ ਆਪਣੀ ਜਲੰਧਰ ਬਾਈਪਾਸ ਵਾਲੀ ਰੋਡ ਹੈਗੀ ਹੈ, 4 ਨੰਬਰ ਥਾਣੇ ਅਧੀਨ। ਸਾਨੂੰ ਅੱਧੇ ਘੰਟੇ ਪਹਿਲਾਂ ਇੰਟੀਮੇਸ਼ਨ ਮਿਲੀ ਸੀ, ਸਕਸੈਸਫੁਲੀ ਅਸੀਂ ਫਾਇਰ ਬ੍ਰਿਗੇਡ ਵਾਲਿਆਂ ਨੂੰ ਬੁਲਾਇਆ ਹੈਗਾ ਮੌਕੇ 'ਤੇ, ਅਤੇ ਆਪ ਅਸੀਂ ਨਾਲ ਉਹਨਾਂ ਦੇ ਹੋ ਕੇ ਲੈ ਆਏ ਹਾਂ, ਰਿਕਵਰ ਕਰ ਲਿਆ ਵਧੀਆ ਤਰੀਕੇ ਨਾਲ। ਜੀ ਜੀ, ਦੈਟਸ ਇਟ, PS ਡਿਵੀਜ਼ਨ ਨੰਬਰ 4 ਦਾ। ਜੀ, ਥਾਣੇ ਲੈ ਕੇ ਜਾ ਰਹੇ ਨੇ, ਗੱਲ ਸੁਣਨੀ ਜ਼ਰੂਰੀ ਹੈ ਪਹਿਲਾਂ। ਹਾਂਜੀ, ਅਤੇ ਫਸਟ ਏਡ ਦੇਵਾਂਗੇ ਪਹਿਲਾਂ ਤਾਂ ਇਹਨਾਂ ਨੂੰ, ਫਸਟ ਆਫ ਆਲ ਜਿਹੜਾ ਜ਼ਰੂਰੀ ਹੈ। ਲੇਡੀਜ਼ ਠੀਕ? ਜੀ ਹਾਂਜੀ, ਠੀਕ ਨੇ। ਮਾਮਲਾ ਕੀ ਸੀ? ਇੱਕ ਵਾਰੀ ਫਸਟ ਏਡ ਦੇਖੀ, ਮਾਮਲਾ ਕੀ ਸੀਗਾ ਜੀ? ਮੈਂ ਉਹੀ ਵਾਲੀ ਗੱਲ ਤੁਹਾਨੂੰ ਕਹਿੰਦਾ ਫਿਰ ਵਾਰੀ ਵਾਰੀ ਕਿ ਇੱਕ ਵਾਰੀ ਵੈਰੀਫਾਈ ਕਰ ਲਈ ਆਪਾਂ, ਅਸੀਂ ਨਹੀਂ ਚਾਹੁੰਦੇ ਕੋਈ ਫਾਲਸ ਨਿਊਜ਼ ਸਪਰੈਡ ਹੋਵੇ, ਵੈਰੀਫਾਈ ਕਰਨਾ ਮਾਮਲਾ ਜ਼ਰੂਰੀ ਹੈ। ਜਿਵੇਂ ਵੀ ਗੱਲਬਾਤ ਹੁੰਦੀ ਹੈ ਤੁਹਾਡੇ ਸਾਹਮਣੇ ਫਿਰ ਅਸੀਂ ਆਵਾਂਗੇ। ਸਰ ਇਹਨਾਂ ਦੱਸ ਸਕਦੇ ਕਿੰਨੇ ਵਿਅਕਤੀ ਸੀਗੇ ਉੱਪਰ ਟੈਂਕੀ ਚੜੇ? ਦੋ ਇੱਕ ਲੇਡੀ ਸੀ, ਲੈ ਜਾਓ ਜੀ ਲੈ ਜਾਓ। ਕੀ ਸਰ? ਹਾਂਜੀ, ਇੱਕ ਲੜਕੀ ਸੀਗੀ, ਇੱਕ ਲੇਡੀ ਸੀਗੀ ਅਤੇ ਉਹਨਾਂ ਨਾਲ ਲੜਕਾ ਸੀ ਉਹਨਾਂ ਦਾ। ਅਤੇ ਮਾੜਾ ਮੋਟਾ ਮਾਮਲਾ ਪਤਾ ਲੱਗਿਆ ਕੀ ਹੈਗਾ? ਮਾਮਲਾ ਜੋ ਵੀ ਹੈ ਉਹ ਤੁਹਾਨੂੰ ਫਿਰ ਆਵਾਂਗੇ ਤੁਹਾਡੇ ਸਾਹਮਣੇ, ਵੀ ਆਰ ਜਸਟ ਅ ਫੋਨ ਕਾਲ ਅਵੇ। ਠੀਕ ਹੈ, ਤੁਹਾਨੂੰ ਫਿਰ ਦੱਸਦੇ ਹਾਂ, ਸਾਡੇ ਸਾਹਮਣੇ ਆਉਂਦੇ ਹਾਂ। ਪਤਾ ਲੱਗਿਆ ਜੀ ਸਰ ਟੈਂਕੀ ਦੇ? ਸਾਨੂੰ ਇੰਟੀਮੇਸ਼ਨ ਆਈ ਸੀ ਟੈਲੀਫੋਨਿਕਲੀ, ਅਸੀਂ ਅੱਧੇ ਘੰਟੇ ਦੇ, ਘੰਟਾ ਹੀ ਹੋ ਗਿਆ ਤਕਰੀਬਨ, ਨਾਲ ਦੀ ਨਾਲ ਅਸੀਂ ਪਹੁੰਚ ਗਏ ਅਤੇ ਘੰਟੇ ਦੇ ਅੰਦਰ ਅਸੀਂ ਬਿਲਕੁਲ ਉਹਨਾਂ ਨੂੰ ਸੇਫਲੀ ਥੱਲੇ ਲੈ ਆਏ। ਹਾਲਤ ਕਿੱਦਾਂ ਦੀ ਹੈ ਜੀ ਦੋਨਾਂ ਦੀ? ਇੱਕ ਵਾਰੀ ਉਹਨਾਂ ਨੂੰ ਅਸੀਂ ਫਸਟ ਏਡ ਦੇਵਾਂਗੇ, ਪਹਿਲਾਂ ਇੱਕ ਵਾਰ ਚੈੱਕ ਕਰਾ ਲਈ ਉਹਨੂੰ ਮੈਡੀਕਲ ਏਡ ਦੀ ਲੋੜ ਹੋਈ ਅਤੇ ਉਹਨਾਂ ਨੂੰ ਦਵਾਵਾਂਗੇ, ਉਹ ਤੋਂ ਬਾਅਦ ਅੱਗੇ ਜਿਵੇਂ ਵੀ ਗੱਲਬਾਤ ਹੁੰਦੀ ਹੈ ਕਿ ਫਰਦਰ ਤੁਹਾਨੂੰ ਦੱਸਦੇ ਹਾਂ। ਥੈਂਕ ਯੂ ਸੋ ਮਚ।